ਤਕਰੀਬਨ ਹੋਣ ਵੀ ਬਹੁਤ ਚੋਏ, 5-6 ਘੰਟੇ ਤਾਂ ਹੋਣੀ ਹੋ ਜਾਂਦਾ ਫਿਰ। ਅੱਛਾ ਹਾਂਜੀ, ਦੂਸਰੀ ਚਵਾਈ ਉਹਨੂੰ, ਦੂਸਰੀ ਚਵਾਈ ਲੱਖ ਲਾ ਥਾਂ ਨੇ, ਅਗਰ ਯਕੀਨੀ ਮੈਨੂੰ ਜਾ ਕੇ ਫਿਰ ਛੋਟੀ ਏ। ਹਾਂ ਉਹਨਾਂ ਲੱਖ ਲਾ ਥਾਂ ਨੇ ਮਾਰ ਹਿੰਦਾ ਚੰਗੀ ਨੂੰ 3,40,000। 3,40,000 ਕੋਈ ਘੱਟ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਆਪ ਦੇਖ ਰਹੇ ਹੈ ਮੇਰਾ ਯੂਟਿਊਬ ਚੈਨਲ ਅਰਨਿੰਗ ਫਰਾਮ ਬੈਫਲੋ, ਔਰ ਮੈਂ ਆਪਕਾ ਮੇਜ਼ਬਾਨ ਅਬੂ ਕਾਸ਼ਾ ਜੀ। ਅੱਜ ਭਰਾਵਾਂ ਵਾਸਤੇ ਮਾਸ਼ਾਅੱਲਾ ਰੋਜ਼ਾਨਾ ਦੀ ਬੁਨਿਆਦ ਤੇ ਦੋ ਝੋਟੀਆਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਪਹਿਲਾਂ ਝੋਟੀਆਂ ਦੀਆਂ ਤੇ ਦੋਵੇਂ ਝੋਟੀਆਂ ਜਿਹੜੀਆਂ ਨੇ ਡਿਲੀਵਰ ਕੀਤਾ ਹੋਇਆ ਬੱਚਾ। ਇਹ ਕੋਈ ਇੱਕ ਦਿਨ ਨਹੀਂ ਸੀ ਜੀ, ਅੱਜ ਰਾਤ ਹੋਈ, ਰਾਤ ਹੋਈ ਹੈ, ਕੱਲ੍ਹ ਰਾਤ ਹੋਈ ਹੈ, ਅਤੇ ਉਹਨੂੰ 2-3 ਦਿਨ ਹੋ ਗਏ ਸੂਈ ਨੂੰ। ਅਤੇ ਦੋਵੇਂ ਝੋਟੀਆਂ ਨੇ ਮਾਸ਼ਾਅੱਲਾ ਵੀਡੀਓ ਲੈ ਕੇ ਆਇਆ, ਚੰਗੀਆਂ ਸੁਥਰੀਆਂ ਝੋਟੀਆਂ, ਨੂਰਸ਼ਾਹ ਦੇ ਇਲਾਕੇ ਦੀਆਂ ਝੋਟੀਆਂ ਨੇ, ਰਾਵੀ ਦੇ ਇਲਾਕੇ ਦੀ ਗਿਣੀਆਂ ਜਾਣੀਆਂ ਨੇ, ਅਤੇ ਉਹਨਾਂ ਦੀ ਵੀਡੀਓ ਤੁਹਾਨੂੰ ਬਣਾ ਕੇ ਦਿਖਾਉਣੀ ਆ ਇਨਸ਼ਾਅੱਲਾ। ਅਤੇ ਕੀ ਦੁੱਧ ਸ਼ੁੱਧ ਹੈਗਾ, ਕੀ ਗੱਲਬਾਤ, ਮੁੱਲ ਸ਼ੁੱਲ ਕੀ ਹੈ, ਬਾਈਰਾਂ ਨਾਲ ਗੱਲ ਕਰਨੇ ਆ ਮਾਲਕਾਂ ਨਾਲ, ਅਤੇ ਤੁਹਾਨੂੰ ਇਨਸ਼ਾਅੱਲਾ ਦਿਖਾਉਣੀ ਆ ਜੀ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ, ਕੀ ਹਾਲ ਨੇ ਜਨਾਬ, ਠੀਕ ਹੋ? ਅੱਲਾਹ ਦਾ ਸ਼ੁਕਰ ਠੀਕ ਠਾਕ ਜੀ। ਅੱਛਾ ਜੀ, ਕੀ ਨਾਮ ਹੈ ਆਪਣਾ? ਮੁਹੰਮਦ ਅਰਸ਼ਦ। ਮੁਹੰਮਦ ਅਰਸ਼ਦ, ਲੋਕੇਸ਼ਨ ਕਿਹੜੀ ਹੈ ਜਗ੍ਹਾ? ਸਾਹਿਬਾ ਚੋਟ ਫੋਰਾ, ਤਹਿਸੀਲ ਜ਼ਿਲ੍ਹਾ ਸਾਹਿਵਾਲ ਜੀ। ਹਾਂਜੀ, ਲੋਕੇਸ਼ਨ ਮੈਂ ਦੱਸਣਾ ਭੁੱਲ ਗਿਆ ਸਰ ਜੀ। ਚੋਟ ਫੋਰਾ ਰੇ, ਤਹਿਸੀਲ ਜ਼ਿਲ੍ਹਾ ਸਾਹਿਵਾਲ, ਗੈਂਬਰ ਨੂਸ਼ਾ ਰੋਡ ਤੇ ਮੌਜੂਦ ਹੈ। ਤੇ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ ਫਿਰ ਬਾਈ। ਨੰਬਰ ਦੱਸ ਦੀ ਯਾਰ ਆਪਦਾ। 0305 0305 3490 3490 861 861 ਹੈ। ਅੱਛਾ, ਕਿੰਨੀਆਂ ਝੋਟੀਆਂ ਆਪਣੇ ਕੋਲੇ? ਝੋਟੀਆਂ ਆਪਣੇ ਕੋਲ ਦੋ ਦੋ ਨੇ, ਪਹਿਲਾਂ ਝੋਟੀਆਂ ਨੇ। ਹਾਂਜੀ, ਦੋਵੇਂ ਪਹਿਲਾਂ ਨੇ। ਹਾਂਜੀ, ਤੇ ਦੋਵੇਂ ਸੂਈਆਂ ਹੋਈਆਂ ਨੇ। ਹਾਂਜੀ, ਜਿਹੜੀ ਆ ਛੁੱਟੀ ਪਹਿਲਾਂ ਨੇ, ਇਹਦਾ ਕੀ ਹਿਸਾਬ ਕਿਤਾਬ, ਕਿੱਦਾਂ ਲਿਆਂਦੀ, ਕੀ ਹਿਸਾਬ ਕਿਤਾਬ ਇਹਦਾ? ਤੇ ਕੱਲ ਲੈ ਦਿਆ ਜੀ, ਅੱਜ ਰਾਤ ਸੂਈ ਏ। ਅੱਜ? ਅੱਛਾ, ਕੱਲ ਕੱਟੀ ਦਿੱਤੀ ਸੀ, ਕੱਟੀ ਸੀ। ਹਾਂਜੀ ਜੀ, ਆ ਝੋਟੀ ਮਾਸ਼ਾਅੱਲਾ ਵੇਖ ਲਓ, ਪਹਿਲਾਂ ਝੋਟੀ ਏ, ਸੁਥਰੀ ਝੋਟੀ ਮਾਸ਼ਾਅੱਲਾ, ਕਾਲੀ ਸ਼ਾਹ ਝੋਟੀ ਏ, ਕਾਲੀ ਅੱਖ ਏ, ਨਿੱਕਾ ਸਿੰਘ ਏ, ਚੋੜ ਕੁੰਡੀ ਸਿੰਘ ਏ, ਸਿਰ ਮੱਥਾ ਝੋਟੀ ਆ, ਬੜਾ ਸੋਹਣਾ, ਧੋਣ ਚੰਗੀ ਏ, ਨਾ ਕੋਈ ਧੁੰਨੀ ਨਾ ਕੋਈ ਕੋਲੀ, ਕੋਲੀ ਚੈੱਕ ਕਰ ਲਓ ਜੀ। ਧੁੰਨੀ ਤੇ ਲੋਹ ਜੀ ਪਾਈ ਹੋਈ ਹੈ, ਬਾਕੀ ਧੁੰਨੀ ਵੀ ਨਿਸ਼ਾਨ ਹੀ ਹੈ, ਸਿਰਫ ਲੋਹ ਜੀ ਪਾਈ ਹੈ, ਬਾਕੀ ਧੁੰਨੀ ਹੋਰ ਚੰਗੀ ਹੈ। ਝੋਟੀ ਦਾ ਕੱਦ ਕਾਰ ਚੰਗਾ, ਲਾਮ ਚੰਗੀ ਹੈ, ਪੁੱਠਾ ਚੰਗਾ ਝੋਟੀ ਦਾ, ਮਾਸ਼ਾਅੱਲਾ ਇੱਕੋ ਵੱਡੀ ਦੀ ਝੋਟੀ ਹੈ, ਚੈੱਕ ਕਰੋ ਜੀ। ਅਰਸ਼ਦ ਨੇ ਮਾਰਾ ਟੋੜੇ ਨਾ ਭਰਾ ਨੂੰ, ਚੈੱਕ ਕਰੋ, ਮਾਸ਼ਾਅੱਲਾ ਬੜੀ ਸੋਹਣੀ ਸੁਥਰੀ ਝੋਟੀ, ਚੰਗਾ ਚੋੜਾ ਛੱਡਿਆ, ਥਣ ਬੜਾ ਝੋਟੀ ਨੂੰ ਸੋਹਣਾ ਲੱਗਾ ਹੋਇਆ, ਮਾਸ਼ਾਅੱਲਾ ਇੱਧਰ ਨੂੰ ਲਿਆਵੀਂ, ਇੱਧਰ ਨੂੰ ਬਰਾ ਨੂੰ। ਚੈੱਕ ਕਰ ਲਓ, ਜਿਹੜੀ ਝੋਟੀ ਜੀ ਪੁੱਛੇ ਲਏ, ਬਰੀਕ ਪੁੱਛੇ ਲਏ, ਪੈਰਾਂ ਤੱਕ ਐਂ ਪਰਾਂਦੇ ਵਰਗੀ ਪੁੱਛੇ ਲਏ, ਬਰੀਕ ਪੈਰਾਂ ਤੱਕ ਪੁੱਛੇ ਲਏ, ਤੇ ਸੁਥਰੀ ਝੋਟੀ ਹੈ ਮਾਸ਼ਾਅੱਲਾ, ਕਾਲੀ ਅੱਖ ਹੈ ਝੋਟੀ ਦੀ, ਕੱਦ ਕਾਠ ਚੰਗਾ, ਲਾਮ ਚੰਗੀ ਹੈ, ਥੋੜ੍ਹੀ ਜਿਹੀ ਭੁੱਖੀ ਖਲੋਤੀ ਹੈ, ਪੱਠੇ ਪੱਠੇ ਪੁੱਠੇ ਨਹੀਂ ਪਾਏ ਕੀ, ਸੱਜਰ ਸੂਈ ਮਾ, ਪੱਠੇ ਥੋੜੇ ਘੱਟ ਚੱਕਦੀ, ਘੱਟ ਖਾਂਦੀ ਪਈ, ਪੱਠੇ ਘੱਟ ਖਾਂਦੀ ਪਈ ਹੈ, ਤੇ ਮਤਲਬ ਇਸ ਵਜ੍ਹਾ ਨਾਲ ਨਵਾਈ ਨੀ ਹੋਈ, ਕੋਈ ਹੋ ਗਈ ਹੈਗੀ। ਤੇ ਅੱਛਾ, ਤੇ ਕੀ ਨਾਂ ਲੈਂਦੇ ਨੇ, ਕੀ ਬੋਲਾ ਛੋਲਾ ਕਿੰਨਾ ਆ ਜਾਂਦਾ? ਬੋਲਾਂ ਕੋਲ ਹੈਗਾ 8 ਗੜਵੀਆਂ, 8 ਗੜਵੀਆਂ ਆਈਆਂ ਸੀ। ਹਾਂਜੀ, ਤੇ ਇਸ ਟਾਈਮ ਟੋਟਲ ਬੋਲਾਂ ਥਲ ਕਿੰਨਾ ਹੈਗਾ? ਤਕਰੀਬਨ ਹੋਣ ਵੀ ਬਹੁਤ ਚੋਏ, 5-6 ਘੰਟੇ ਤਾਂ ਹੋ ਜਾਂਦਾ ਫਿਰ। ਅੱਛਾ ਹਾਂਜੀ, ਦੂਸਰੀ ਚਵਾਈ ਉਹਨੂੰ, ਦੂਸਰੀ ਚਵਾਈ ਨਾ, ਠੀਕ ਹੋ ਗਿਆ ਜੀ, ਦੂਜੀ ਚਵਾਈ ਹੁਣ ਕਰਨੀ ਹੈ ਮਾਸ਼ਾਅੱਲਾ। ਤੇ ਝੋਟੀ ਥਲ ਜਿਹੜਾ ਇਸ ਟਾਈਮ ਬੋਲਾ ਹੈ ਨਾ, ਕਮੋ ਪੇਸ਼ 10 ਕਿਲੋ ਹੈਗਾ? ਹਾਂਜੀ, ਪੱਕਾ ਬੋਲਾ? ਹਾਂਜੀ, ਠੀਕ ਹੋ ਗਿਆ ਜੀ, ਪਹਿਲਾਂ ਝੋਟੀ ਹੈ, ਚੈੱਕ ਕਰੋ ਜੀ, ਪਹਿਲਾਂ ਸਿਰ ਥੋੜ੍ਹੀ ਜਿਹੀ ਨਾ, 1-2 ਸੂਏ ਮਾਰਕ ਸੂਈ ਹੈ, ਮਤਲਬ ਕਿ ਮੱਝ ਬਣ ਕੇ ਸੂਈ ਹੈ ਪੂਰੀ, ਇਹ ਨਹੀਂ ਬਣਾ ਕੇ ਸਿਰ ਤੋਂ ਲੱਗਦੀ ਆ ਵੱਡੀਆਂ ਵੱਡੀਆਂ, ਦੂਜੀਆਂ ਤੀਜੀਆਂ, ਪਹਿਲਾਂ ਝੋਟੀ ਹੈ, ਗਰੰਟੀ ਦੀ ਝੋਟੀ ਹੈ, ਘਰਾਂ ਝੋਟੀ ਲਈ ਜੀ। ਅੱਛਾ, ਸਿਰਾ ਕਿੱਦਾਂ ਲੈ ਕੇ ਆਏ? ਕੱਲ੍ਹ ਲਿਆਂਦੇ, ਕੱਲ੍ਹ ਲੈ ਕੇ ਆਉਂਦੀ ਹੈ? ਹਾਂਜੀ,
ਅੱਛਾ ਝੋਟੀ ਮਾਸ਼ਾਅੱਲਾ ਤੇਰੀ ਵੇਖ ਲਈ ਸੋਹਣੀ ਝੋਟੀ, ਝੋਟੀ ਦੇ ਖੁਰ ਚੈੱਕ ਕਰੋ ਜੀ, ਬੜੇ ਸੋਹਣੇ ਸੁਥਰੇ ਪੈਰ ਨੇ। ਜਿਹੜੀ ਕੱਟੀ ਹੈ ਮਾਸ਼ਾਅੱਲਾ, ਕੱਟੀ ਦੀ ਚਿੱਟੀ ਅੱਖ ਚੈੱਕ ਕਰੋ ਜੀ, ਚਿੱਟੀ ਅੱਖ ਮਾਸ਼ਾਅੱਲਾ ਕੱਟੀ ਦੀ, ਕਾਲੀ ਸ਼ਾਹ ਚਿੱਟੀ ਕੱਟੀ ਹੈ, ਨਿੱਕੀ ਜੀ ਫੁੱਲੀ ਹੈ ਮੱਥੇ ਤੇ, ਸੋਹਣੀ ਕੱਟੀ ਹੈ ਮਾਸ਼ਾਅੱਲਾ। ਸੰਪਾਲਾ ਦੇ ਘਰ ਦੀ ਬੜੇ ਚੌਖੇ ਕਰ ਜਾਂਗੇ ਤੁਹਾਡੇ ਜੀ। ਅੱਛਾ ਜੀ, ਸੰਪਾਲਾ ਨੇ ਘਰ ਦੀ ਝੋਟੀ ਹੈ ਮਾਸ਼ਾਅੱਲਾ ਘਰ। ਅੱਛਾ ਜੀ ਜਨਾਬ, ਕੀ ਲਿਖਾ ਰੁੱਖਿਆ ਗਿਆ ਇਹਨਾਂ ਹੁਣ ਸਾਹਮਣੇ ਹੋ ਗਿਆ ਨਾ, ਪੱਕਾ ਜਿਹਾ ਮੁੱਲ ਕਰਦੇ ਇਹ ਕਰੀਏ, ਵੇਖ ਲਾਂ ਵੀ ਆਪਾਂ ਵੀ ਕਿਸੇ ਨੂੰ ਲੈਣੀ ਦੇਣੀ ਹੁੰਦੀ ਹੈ ਵੀ ਸਾਫ਼ ਤਾਂ ਅਗਲੇ ਬੰਦਿਆਂ ਨੇ ਵੀ ਕਰਨਾ ਹੁੰਦਾ, ਇਹ ਪੱਕਾ ਜਿਹਾ ਮੁੱਲ ਕਹਿੰਦਾ ਜਿਸ ਆਪਾਂ ਝੋਟੀ ਦੇਣੀ ਹੈ। ਮੈਨੂੰ ਪਤਾ ਹੈਗਾ ਤੈਨੂੰ ਕਿੰਨੇ ਲੱਗੇ ਨੇ ਜਾਂ ਕੀ ਹਿਸਾਬ ਕਿਤਾਬ ਹੈਗਾ, ਪਰ ਤੂੰ ਪੂਰਾ ਮੁੱਲ ਕਰ ਜਿੰਨੇ ਦੀ ਆਪਾਂ ਦੇਣੀ ਹੈ। 7 ਲੱਖ ਤੋਂ ਘੱਟ ਨਹੀਂ ਦੇਣੀ। 7 ਲੱਖ ਤੋਂ ਘੱਟ ਨਹੀਂ ਵਿੱਚ? 7 ਲੱਖ ਤਾਂ ਬੜਾ ਮੁੱਲ ਹੈ ਯਾਰ। ਨਹੀਂ ਮਾਜ, 8 ਲੱਖ ਦੀ ਮੁੱਲ ਨਹੀਂ, 7 ਤੋਂ ਤੂੰ ਆਹ ਕਰ। ਅੱਗੇ ਬੰਦਿਆਂ ਨੇ ਨਾ, ਰਾਣੇ ਦਾ ਮੁੱਲ ਬੜਾ ਹੁੰਦਾ ਯਾਰ, ਜਿਹੜੀ ਵੀਡੀਓ ਕਰਦਾ ਮੁੱਲ ਬੜਾ ਕਰਦਾ। ਮਾਜ ਵੀ 20 ਲੱਖ ਦੀ ਹੈ। ਅੱਛਾ, ਜਿਹਨੂੰ ਪਛਾਣ ਹੋਈ। ਠੀਕ ਹੋ ਗਿਆ ਜੀ, ਮਾਸ਼ਾਅੱਲਾ 7 ਲੱਖ ਰੁਪਇਆ ਪਾ ਰਿਹਾ ਮੁੱਲ ਕੀਤਾ, ਬਾਕੀ ਜਿਹੜੀ ਗੱਲ ਇਹਨਾਂ 6 ਲੱਖ ਰੁਪਇਆ ਨਾਲ ਲੱਗਾ ਹੈਗਾ। ਤੇ ਉਹ ਮੈਨੂੰ ਪਤਾ ਨਾ ਜਿੱਦਣ ਝੋਟੀ ਆਈ, ਕੱਲ ਪਰਸੋਂ ਆਈ ਨਾ, ਕੱਲ ਆਈ ਨਾਲ ਡਾਲੇ ਪੈਸੇ ਕਹੇ ਗਏ, ਮੈਂ ਭੱਜ ਜੋ ਤੇ 6 ਲੱਖ ਤੋਂ ਉਹ ਦਿਨ ਲੱਗਾ ਸੀ। ਤੇ ਸਿਰਫ ਨਵਾਂ ਨੂੰ ਨਾਲ ਹੀ ਖਲੋਤੀ ਹੋਈ ਹੈ ਤੇ ਭੁੱਖੀ ਖਲੋਤੀ ਹੈ, ਇਸ ਵਾਰ ਲੱਗਦੀ ਵੀ ਝੋਟੀ, ਪਰ ਝੋਟੀ ਮਾਸ਼ਾਅੱਲਾ ਬੜੀ ਬਾਦਸ਼ਾਹ ਝੋਟੀ ਹੈ, ਸੁਥਰੀ ਝੋਟੀ ਹੈ। ਜਿਹਨੂੰ ਸ਼ੌਕ ਹੋਵੇ ਕਰੂਏ, ਠਾਣੇ ਨਹੀਂ ਘੱਟ ਕਰਨੇ। ਅੱਛਾ, ਇਹ ਤੇ ਖਾਲੀ ਸ਼ੌਕ ਨਾ ਪੀਵਾਂ। ਠੀਕ ਹੋ ਗਿਆ, ਗੱਲਾਂ ਖੜਾ ਤੇ ਕਰੋ, ਅਗਲਾ ਬੰਦਾ ਇਹ ਨਾ ਕਵੇ ਲੱਜੇ ਤਾਂ ਪਾਏ। ਵੈਸੇ ਮੋਲ 12 ਲੱਖ ਕਰਨੇ ਸੀ ਆਪ। ਅੱਛਾ, ਨਹੀਂ ਸਹੀ ਹੈ ਸਹੀ ਹੈ, ਚਲੋ ਕੋਈ ਨਹੀਂ, ਉਹ ਤਾਂ ਗੱਲ ਜਿਨ ਸ਼ੌਕ ਮੋਲ ਪੂਰਾ ਕਰਦਾ ਮੈਨੂੰ ਸਾਡ ਵਾਧਾ ਕਰਨੇ। ਵੈਸੇ ਮੋਲ ਜੇ ਮੋਲ ਕਰੀ ਫਿਰ 12 ਲੱਖ। ਅੱਛਾ ਜੀ, ਹਾਂ ਜੇ ਮਗਰ ਮੋਲ ਮੈਨੂੰ ਕੋਈ ਵੈਸੇ 12 ਲੱਖ ਵੀ ਜਿਹਨੂੰ ਆਪਾਂ ਜਿਹਦਾ ਦਿਲ ਕਰੇ ਆਉਣ ਦੇ ਪਾਸ ਕਰੇ ਲੈ ਜਾਵੇ ਰੁਪਈਏ 7 ਤੋਂ 100 ਨਹੀਂ ਕਟਾਉ। ਠੀਕ ਹੋ ਗਿਆ ਜੀ। ਜੀ ਇੱਕ ਆਹ ਝੋਟੀ ਹੈਗੀ ਹੈ, ਪਹਿਲਾਂ ਸੁਬਾਹ ਸੋਈ ਹੈ, ਸੁਥਰੀ ਝੋਟੀ ਹੈ ਮਾਸ਼ਾਅੱਲਾ, ਛੋਟੀ ਜਿਹੀ ਝੋਟੀ, ਕੱਦ ਪੂਰਾ ਜਾਂ ਬਾਕੀ ਗੋਲ ਮਟੋਲ ਝੋਟੀ ਹੈ, ਇੱਕ ਚਿੱਟੀ ਇੱਕ ਕਾਲੀ ਹੈ, ਨਿੱਕਾ ਜਾਂ ਸਿਹਰੇ ਕੱਠੀਆਂ ਵਾਲਾ, ਨਿੱਕੀ ਨਿੱਕੀ ਸਿੰਗੀ ਹੈ ਮਾਸ਼ਾਅੱਲਾ, ਤੇ ਵੱਖੀ ਚੰਗੀ ਝੋਟੀ ਦੇ ਕੱਦ ਪੈਰ ਪਟਾ ਦੇ ਬਸ ਪੂਰੀ ਝੋਟੀ ਦੀ ਮਾਸ਼ਾਅੱਲਾ, ਦੇ ਥੱਲੋਂ ਚੰਗੀ ਹੈ, ਥੱਲੋਂ ਥਾਨ ਥੁਨ ਚੰਗਾ ਝੋਟੀ ਲੱਗਾ ਮਾਸ਼ਾਅੱਲਾ, ਮੁੱਠ ਪਰ ਥਾਨ ਇੰਨੀਆਂ ਮਿਰਲਾਂ ਤੇ ਲੱਗਾ ਹੋਇਆ, ਥਾਨ ਬੜਾ ਸੋਹਣਾ ਝੋਟੀ ਹੈ। ਇਸ ਟਾਈਮ ਜਿਹੜੀ 9 ਤੋਂ 10 ਕਿਲੋ ਹੈਗਾ, ਚੈੱਕ ਕਰ ਲਓ ਜੀ। ਥੋੜੀ ਜਿਹੀ ਬੱਚੇ ਤੁਹਾਨੂੰ ਬਣਾਈ ਖਲੋਤੀ ਹੈ ਨਾ, ਬੱਚੇ ਦੇ ਪਸੰਦ ਵਧੀਆ ਹੈ? ਨਹੀਂ ਬਸ ਉਵੇਂ ਜਿਹੜੀ ਟੀਕਾ ਵੀ ਲਾ ਲੈਣ ਲਈ, ਪਹਾੜੇ ਦੇ ਪਸੰਦ ਪੈ, ਲੇਕਿਨ 2-4 ਦਿਨ ਖਲੋਤੇ ਪਸੰਦ ਦੀ। ਅੱਛਾ, ਤੇ ਇਹਦਾ ਬੱਚਾ ਕਿਹੜਾ ਹੈ? ਇਹਦਾ ਬੱਚਾ ਅੰਦਰ ਖੜਾ ਕਰਤਾ। ਕਿਹੜਾ ਅੰਦਰ ਖੜਾ? ਅੱਛਾ, ਮੈਂ ਤੁਹਾਨੂੰ ਬੱਚਾ ਦਿਖਾ ਰਿਹਾ ਹਾਂ, ਤੇ ਇੱਥੇ ਖਲੋਵੀ, ਮੈਨੂੰ ਮੁੱਲ ਲੈਣਾ ਦੱਸ ਦਿਨ ਪੂਰਾ ਜਿਹਾ ਮੁੱਲ ਕਰਨਾ ਹੈ ਇਹ। ਅੱਛਾ ਜਨਾਬ, ਪੱਕਾ ਜਿਹਾ ਮੁੱਲ ਕਰਨਾ ਹੈ ਜਿੰਨੇ ਦੀ ਆਪਾਂ ਦੇਣੀ ਹੈ। ਇਹ ਤੂੰ ਆਪ ਹੀ ਵੇਖ ਲਿਆ, ਛੋਟੀ ਜਿਹੀ ਝੋਟੀ ਹੈ, ਗੋਲ ਮਟੋਲ ਭਾਵੇਂ ਨਿੱਕੀ ਜਿਹੀ ਹੈ, ਭਾਵੇਂ ਤੂੰ ਤਾਂ ਨਾ ਵੀ ਦੁੱਧ ਦੁੱਧ ਹੈਗਾ ਸਹੀ ਹੈ, ਥਾਨ ਥੁਣ ਵੀ ਚੰਗਾ, ਰੋਟੀ ਦੀ ਕੋਲੀ ਕੋਲੀ ਕੋਨੀ ਦੀ, ਤੁੰਨੀ ਕੋਨੀ, ਦੁੱਧ ਪੂਰਾ 10 ਕਿਲੋ ਹੈ। 10 ਕਿਲੋ ਹੈਗਾ ਪੂਰਾ? ਹਾਂ ਪੂਰਾ, ਜਿਹੜਾ ਮਰਜ਼ੀ ਚੋਵੇ। ਅੱਛਾ, ਹਾਂ ਜੀ, ਚੋ ਕੇ ਬੰਦਾ ਲਿਆ ਸਕਦਾ, ਪਾਸ ਕਰਕੇ ਲਿਆ ਸਕਦਾ, ਤਸੱਲੀ ਨਾਲ 2 ਟਾਈਮ ਚੋ ਕੇ ਉਹਨਾਂ ਦਾ ਗੰਟੀ ਨਾਲ ਲੱਖ ਲਾ ਥਾਨ ਹੈ, ਅਗਰ ਯਕੀਨੀ ਬਣ ਜਾਏ ਫਿਰ ਛੋਟੀ ਹੈ। ਹਾਂ, ਉਹਨਾਂ ਲੱਖ ਲਾ ਥਾਨ ਹੈ, ਮਾਂ ਹਿੰਦਾ ਉਹਦਾ ਚੰਗੀ। ਬਿਲਕੁਲ ਜੀ, ਐਵੇਂ ਹੀ ਹੈ। ਅੱਛਾ, ਹੁਣ ਕੀ ਮੁੱਲ ਛੋ ਲੈਂਦਾ ਇਹਦਾ, ਲੇਖਾ ਕੀ ਹੈ? 3 ਲੱਖ 40 ਹਜ਼ਾਰ। 3 ਲੱਖ 40 ਹਜ਼ਾਰ, ਕੋਈ ਘਾਟਾ ਵਾਧਾ? ਥੋੜੀ ਕਰੀ ਮੁਹੱਬਤ ਪਿਆਰ ਕਰ ਲਾਂਗੇ, ਕਿਰਾਏ ਦਾ ਵਾਧਾ ਕਰ। ਅੱਛਾ ਜੀ, ਚਲੋ ਸ਼ੁਕਰ, ਇਹਦਾ ਥੋੜ੍ਹਾ ਹੀ ਕੀਤਾ ਜੀ। ਜੀ 3 ਲੱਖ 40 ਹਜ਼ਾਰ ਰੁਪਇਆ ਮੁੱਲ ਲਏ, ਤੇ ਬਾਕੀ ਇਨਸ਼ਾਅੱਲਾ ਹੋਰ ਵੀ ਰਿਆਇਤ ਹੋ ਜਾਏਗੀ, ਜਿਹੜੇ ਉਹ ਝੋਟੀ ਹੁੰਦਾ 7 ਲੱਖ ਕੀਤਾ, ਆਪਾਂ ਉਹਦੇ 'ਚ ਵੀ ਰਿਆਇਤ ਕਰਾ ਲਾਂਗੇ। ਤੇ ਕਿਹਨਾਂ ਨੇ ਦਿਨ ਦੋਵੇਂ ਜੋੜਾ ਖਲੋਤਾ ਝੋਟੀਆਂ ਦਾ, ਦੋਵੇਂ ਪਹਿਲਾਂ ਝੋਟੀਆਂ ਨੇ ਮਾਸ਼ਾਅੱਲਾ। ਅਗਰ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ, ਸਕਰੀਨ ਦੇ ਨੰਬਰ ਮੈਂਸ਼ਨ ਨੇ। ਮਿਲਦੇ ਹਾਂ ਅਗਲੀ ਵੀਡੀਓ 'ਚ, ਆਪਣਾ ਖਿਆਲ ਰੱਖੇਗਾ, ਅੱਲਾ ਹਾਫਿਜ਼।